निशाचर होता भूत पिशाच होता निशाचर राज निशाचर होता रात नू तुर फिर नाचत भूत पिशाच निशाचर राज निशाचर निशा रात होंगी है ਨੇਰੇ ਦੇ ਵਿੱਚ ਅਗਿਆਨਤਾ ਦੇ ਵਿੱਚ ਇਹ ਚੀਜ਼ਾਂ ਦੀ ਮਨੌਤ ਹੈ ਗਿਆਨ ਦੇ ਵਿੱਚ ਇਹਨਾਂ ਦੀ ਕੋਈ ਮਨੌਤ ਹੀ ਨਹੀਂ ਨਾਚਤ ਭੂਤ ਪਿਸਾਚ ਭੂਤ ਪ੍ਰੇਤ ਅਗਿਆਨਤਾ ਦੇ ਵਿੱਚ ਹੀ ਨੇ ਗਿਆਨ ਦੀ ਹਾਜ਼ਰੀ ਚ ਕੋਈ ਵੀ ਨਹੀਂ ਹੁੰਦਾ ਹੁੰਦਾ ਹੀ ਨਹੀਂ ਕੁਛ ਨਿਸਾਚਰ ਤਾਂ ਕਹਿੰਦੇ ਨੇ ਇਹਨੂੰ ਅਗਿਆਨਤਾ ਹੈਗੀ ਭਰਮ ਹੈਗਾ ਤਾਂ ਇਹ ਲੋਕਾਂ ਦੇ ਭਰਮ ਫਲਾਏ ਹੋਏ ਭੂਤ ਹੈ ਜੀ ਤੁਹਾਡੇ ਘਰ ਪ੍ਰੇਤ ਦੀ ਕਸਰ ਹੈ ਤੈਨੂੰ ਉਹ ਕਸਰ ਹੈ ਇਹ ਅਗਿਆਨਤਾ ਚ ਹੁੰਦੇ ਨੇ ਨਿਸਾਚਰ ਤਾਂ ਕਹਿੰਦੇ ਨੇ ਇਹਨੂੰ ਨਿਸ਼ਾਚਰ ਵਿੱਚ ਸਭ ਕੁਛ ਅਗਿਆਨਤਾ ਜਿਹਾ ਖਾਂਦੇ ਨੇ ਤੁਹਾਡਾ ਕੁਛ ਨੁਕਸਾਨ ਕਰਦੇ ਨੇ ਗਿਆਨਵਾਨ ਦਾ ਕੁਛ ਨਹੀਂ ਖਾਂਦੇ ਖਾਂਦੇ ਹੀ ਨਹੀਂ ਜਦ ਕੁਛ ਇਹਦਾ ਭਰਮ ਪਾ ਕੇ ਤੁਹਾਨੂੰ ਠੱਗਣ ਵਾਸਤੇ ਪੰਡਤ ਦਾ ਕੀਤਾ ਹੋਇਆ ਇਹ ਯੋਗੀਆਂ ਦਾ ਕੀਤਾ ਰੋਟੀ ਦਾ ਸਾਧਨ ਕੀਤਾ ਗੁਰਬਾਣੀ ਤਾਂ ਕਹਿੰਦੀ ਹੈ ਪ੍ਰੇਤ ਉਹਨੂੰ ਕਹਿੰਦੀ ਹੈ ਕਹਿੰਦੇ ਤੂੰ ਆਪ ਹੀ ਪ੍ਰੇਤ ਹੈ ਜਿਹਨਾਂ ਮਾਇਆ ਉਹ ਹੈ ਪ੍ਰੇਤ ਹੈ ਤੂੰ ਤੂੰ ਹੀ ਪ੍ਰੇਤ ਹੈ ਤੈਨੂੰ ਹੋਰ ਕਿਹੜੇ ਪ੍ਰੇਤ ਦਾ ਖਤਰਾ ਹੈ ਤੇਰੇ ਤੋਂ ਤਾਂ ਲੋਕਾਂ ਨੂੰ ਖਤਰਾ ਹੈ ਉਹ ਤੇਰੇ ਤੋਂ ਜੰਗਲੀ ਜਾਨਵਰਾਂ ਨੂੰ ਖਤਰਾ ਹੈ ਤੇਰੇ ਤੋਂ ਦਰਖਤਾਂ ਨੂੰ ਖਤਰਾ ਹੈ ਤੇਰੇ ਤੋਂ ਹਵਾ ਨੂੰ ਖਤਰਾ ਹੈ ਤੇਰੇ ਤੋਂ ਪਾਣੀ ਨੂੰ ਖਤਰਾ ਹੈ ਪੋਲਿਊਟ ਕਰਤਾ ਤੇਰੇ ਤੋਂ ਦਰਿਆਵਾਂ ਨੂੰ ਖਤਰਾ ਹੈ ਤੇਰੇ ਤੋਂ ਕੁਦਰਤ ਨੂੰ ਇਹ ਖਤਰਾ ਹੈ 84 ਲੱਖ ਜੀਵ ਨੂੰ ਇਹ ਤੇਰੇ ਤੋਂ ਖਤਰਾ ਹੈ ਏਡੋ ਬੜਾ ਪ੍ਰੇਤ ਤੂੰ ਹੋਰ ਕੀ ਹੋ ਗਿਆ ਆਪਣਾ ਹੀ ਇਲਾਜ ਕਰ ਲੈ ਪ੍ਰੇਤ ਬਣੇ ਦਾ ਦੂਏ ਦਾ ਕੀ ਇਲਾਜ ਕਰਨਾ ਮਾਇਆ ਮੋਹ ਪ੍ਰੇਤ ਹੈ ਜੇ ਮਾਇਆ ਦਾ ਮੋਹ ਹੈ ਤੂੰ ਆਪ ਹੀ ਪ੍ਰੇਤ ਹੈ ਆਪਣਾ ਇਲਾਜ ਕਰ ਲੈ ਪ੍ਰੇਤ ਬਣੇ ਦਾ ਇਹ ਪ੍ਰੇਤ ਪੀੜਾ ਤੈਨੂੰ ਚਿੰਬੜੀ ਹੋਈ ਹੈ ਪ੍ਰੇਤ ਹੋਣ ਦੀ ਪੀੜਾ ਤੈਨੂੰ ਚਿੰਬੜੀ ਹੋਈ ਹੈ ਮਾਇਆ ਦਾ ਮੋਹ ਛੱਡ ਦੇਗਾ ਪ੍ਰੇਤ ਨਹੀਂ ਹੈਗਾ ਨਹੀਂ ਤਾਂ ਪ੍ਰੇਤ ਹੈ ਮਾਇਆ ਨੂੰ ਚਿੰਬੜਿਆ ਹੀ ਰਹੇਗਾ ਕਿਤੜੇ ਯੁੱਗ ਬੀਤ ਗਏ ਪਿਆ ਏਕਤ ਪਾਸ ਇੱਕੋ ਪਾਸੇ ਪੇ ਕੀੜਾ ਲੜਿਆ ਮਾਸ ਤੂੰ ਕੀੜਾ ਬਣ ਕੇ ਮਾਸ ਨੂੰ ਚਿੰਬੜਿਆ ਹੋਇਆ ਸਰੀਰ ਨੂੰ ਕਿੰਨੇ ਯੁੱਗ ਬੀਤ ਗਏ ਮਾਸ ਨੂੰ ਛੱਡਦਾ ਹੀ ਨਹੀਂ ਫਿਰ ਮਾਸ ਦੂਆ ਸਰੀਰ ਲੜਨ ਫਿਰ ਤੋੜ ਤਾੜ ਕੇ ਛਡਾਉਂਦੇ ਨੇ ਉਹ ਕਹਿੰਦੇ ਫਿਰ ਕਹਿੰਦਾ ਕੋਈ ਨੀ ਹੋਰ ਸਰੀਰ ਦੇ ਦਾਂਗੇ ਤੈਨੂੰ ਫੇਰ ਮਾਸ ਦੇ ਖਰਚਾ ਵੜਦਾ ਚਮਰ ਪੋਸਕਾ ਮੰਦਰ ਤੇਰਾ ਚਮਰ ਪੋਸ ਦੇ ਮੰਦਰ ਚ ਰਹਿਣਾ ਤੂੰ ਇਹੀ ਪ੍ਰੇਤ ਹੁੰਦਾ ਚਮਰ ਪੋਸ ਦੇ ਮੰਦਰ ਚ ਰਹਿਣ ਵਾਲਾ ਪ੍ਰੇਤ ਹੁੰਦਾ ਹੋਰ ਕੌਣ ਹੁੰਦਾ ਪ੍ਰੇਤ ਹੋਰ ਬਣਾ ਤਾ ਬ੍ਰਾਹਮਣ ਬਣ ਗਿਆ ਪੰਡਿਤ ਬਣ ਗਿਆ ਪਖੰਡੀ ਆਪ ਪ੍ਰੇਤ ਹੈ ਬ੍ਰਾਹਮਣ ਸਾਰੀ ਦੁਨੀਆ ਪ੍ਰੇਤ ਬਣਾਤੀ ਪਾਵਨ ਗੋਰੀ ਪ੍ਰਥਮੀ ਪੰਡਿਤ ਪਾੜੀ ਬਾਠ ਪੰਡਿਤ ਨੇ ਪ੍ਰੇਤ ਪੰਡਿਤ ਆਪ ਪ੍ਰੇਤ ਹੈ ਸਾਰੇ ਆਪਣੇ ਸਿੱਖ ਪ੍ਰੇਤ ਕਰਤੇ ਉਰਜ ਅੱਜ ਕੇ ਪਸ਼ਬੂਆ ਚਾਰੋਂ ਦੇ ਦੋਵਾਂ ਹੈ ਆਪ ਡੁੱਬਿਆ ਪੰਡਿਤ ਜਜਮਾਨ ਡੋਬਤੇ ਸਾਰੇ ਜੇ ਮਾਰਗ ਪੰਡਿਤ ਗਏ ਪਾਚੇ ਪਰੀ ਬਹੀਰ ਪੰਡਿਤ ਨੇ ਐਸਾ ਰਾਹ ਕੱਢਿਆ ਸਾਰੇ ਹੀ ਮਗਰ ਲਾ ਲਏ ਕਿਉਂ ਮੋਹ ਅਲੋਭ ਦੋਏ ਵੰਡਦੇ ਲੋਕਾਂ ਨੂੰ ਛੂਟ ਦਿੱਤੀ ਇਹੀ ਲੋਕ ਚਾਹੁੰਦੇ ਸੀ ਇਹੀ ਪਬਲਿਕ ਚਾਹੁੰਦੀ ਸੀ ਦੋ ਚੀਜ਼ਾਂ ਦੀ ਜੇ ਛੂਟ ਦੇ ਦਈਏ ਸਾਰੇ ਹੀ ਸਿੱਖ ਬਣ ਜਾਂਦੇ ਨੇ ਉਹਦੇ ਜਿਹੜਾ ਦੋ ਚੀਜ਼ਾਂ ਤੋਂ ਨਾ ਵਰਜੇ ਮੋਹ ਅਲੋਭ ਤੋਂ ਸਾਰੇ ਉਹਦੇ ਚੇਲੇ